ਕਿੰਨੀ ਹੀਰੋਇਨ ਹੁਣ ਤੱਕ ਐਸਟੀਐਫ ਨੇ ਬਰਾਮਦ ਕੀਤੀ? ਸਾਡੀ ਐਸਟੀਐਫ ਲੁਧਿਆਣਾ ਯੂਨਿਟ ਦੀ ਟੀਮ ਨੇ ਪਿਛਲੇ 3 ਦਿਨਾਂ 'ਚ ਵੱਖ ਵੱਖ ਸਥਾਨਾਂ ਤੋਂ ਪਹਿਲੇ ਦਿਨ 400 ਗ੍ਰਾਮ, ਫਿਰ 550 ਗ੍ਰਾਮ, ਫਿਰ ਅੱਜ ਅਸੀਂ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹਨਾਂ ਦੇ ਵਿੱਚ ਅਸੀਂ 5 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੇ ਵਰਖਿਲਾਫ਼ ਵੱਖ ਵੱਖ ਥਾਣਿਆਂ ਵਿੱਚ 3 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਨੇ। ਕਿੰਨੀ ਹੀਰੋਇਨ ਕੁੱਲ ਕਿੰਨੀ ਹੀਰੋਇਨ ਹੈ? ਇਹ 3 ਦਿਨਾਂ ਦੇ ਵਿੱਚ ਲਗਾਤਾਰ ਜਿਵੇਂ ਐਸਟੀਐਫ ਟੀਮ ਲੁਧਿਆਣਾ ਨੇ ਕਰੀਬ 2.5 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅੱਛਾ, ਇਹ ਜਿਹੜੇ ਆਰੋਪੀ ਸੀ, ਜਿਹੜਾ ਤੁਸੀਂ ਰੀਸੈਂਟਲੀ ਹੁਣ 800 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ, ਇਹ ਆਰੋਪੀ ਕਿਹੜੀ ਗੱਡੀ ਜਾ ਰਹੇ ਸੀ, ਕਿੱਥੇ ਦੇ ਰਹਿਣ ਵਾਲੇ? ਇਹ ਆਰੋਪੀ ਅਵਤਾਰ ਸਿੰਘ ਸੀ ਜਿਹੜਾ ਗ੍ਰਿਫਤਾਰ ਕੀਤਾ। ਇਹ ਸਰਸੇ ਦਾ ਰਹਿਣ ਵਾਲਾ ਅਤੇ I-20 ਕਾਰ ਦੇ ਵਿੱਚ ਸਰਸੇ ਤੋਂ ਲੁਧਿਆਣਾ ਸਪਲਾਈ ਦੇਣ ਲਈ ਆਇਆ ਸੀ। ਅੱਛਾ, ਟੋਟਲ ਅਮਾਊਂਟ ਅਗਰ ਅੰਤਰਰਾਸ਼ਟਰੀ ਬਾਜ਼ਾਰ 'ਚ ਕਰੀਏ ਤਾਂ ਐਸਟੀਐਫ ਕੀ ਕਹਿੰਦਾ, ਕਿੰਨੀ ਅਮਾਊਂਟ ਹੈ? ਸਾਡੀ ਐਸਟੀਐਫ ਜਿਹੜੀ ਇਹਦੀ ਕੋਈ ਕੀਮਤ ਨਹੀਂ ਹੈਗੀ ਹੈ ਜੀ, ਇਹ ਤਾਂ ਨਸ਼ਾ ਕਿਉਂਕਿ ਕਿਹੜਾ ਇਹਦੀ ਕੋਈ ਮਾਰਕੀਟ ਵੈਲਿਊ ਨਹੀਂ ਹੈਗੀ ਹੈ ਜੀ। ਅਪਰੋਕਸੀਮੇਟਲੀ ਕੋਈ ਇਹ ਨਹੀਂ ਜੀ, ਇਹ ਤਾਂ ਲੱਗਦਾ ਮੁੱਲ ਆ ਜੀ। ਇਹ ਤਾਂ ਜਿਹੋ ਜਿਹੇ ਸਮਗਲਰ ਆਪੀ ਲਾ ਲੈਂਦੇ ਨੇ, ਜਿਹੋ ਜਿਹਾ ਗਾਹਕ ਹੁੰਦਾ ਹੋ ਜੇ ਮੁੱਲ ਵੇਚ ਦਿੰਦੇ ਨੇ। ਕਿੰਨੇ ਆਰੋਪੀ ਕਿੰਨੇ ਦਿਨ ਦਾ ਰਿਮਾਂਡ ਦੇ ਲਿੱਤਾ? ਅਸੀਂ ਜਿਹੜੇ ਪਹਿਲੇ ਆਰੋਪੀਆਂ ਨੂੰ ਕਿਸੇ ਨੂੰ 3 ਦਿਨ, ਕਿਸੇ ਨੂੰ 5 ਦਿਨ ਦੇ, ਇਹਨੂੰ ਅੱਜ ਪੇਸ਼ ਅਦਾਲਤ ਕਰਾਂਗੇ। ਇਹਦਾ ਵੀ ਅਸੀਂ 5-7 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ। ਅੱਛਾ, ਕਿੱਥੋਂ ਇਹ ਖੇਪ, ਕੋਈ ਪੁੱਛਗਿੱਛ ਦੇ ਵਿੱਚ ਹੋਰ ਖੁਲਾਸਾ ਹੋਇਆ ਵੀ ਇਹ ਹੀਰੋਇਨ ਦੀ ਆਂਦੀ ਕਿੱਥੋਂ ਹੈ? ਇਹਨਾਂ ਦੀ ਜਿਹੜੇ ਪਹਿਲੇ ਆਰੋਪੀ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਅਸੀਂ ਹਰਿਆਣਾ ਅਤੇ ਦਿੱਲੀ ਤੋਂ ਜਿਹੜੀ ਬਰਾਮਦ ਹੈਰੋਇਨ ਲੈ ਕੇ ਆਏ ਹਾਂ। ਉਸੇ ਦੇ ਫੋਲੋਅਪ 'ਚ ਅਸੀਂ ਹੌਲੀ ਹੌਲੀ ਅੱਗੇ ਵੱਧਦੇ ਇਹਨੂੰ ਅਸੀਂ ਚੈਨ ਨੂੰ ਬ੍ਰੇਕ ਕਰਦੇ ਜਾ ਰਹੇ ਹਾਂ। ਅਤੇ ਅੱਜ ਜਿਹੜਾ ਆਰੋਪੀ ਅਸੀਂ ਹਰਿਆਣੇ ਦਾ ਆਪਣੇ ਗ੍ਰਿਫਤਾਰ ਕੀਤਾ, ਇਹਨੇ ਸਾਨੂੰ ਦੱਸਿਆ ਪੁੱਛਗਿੱਛ ਤੇ ਵੀ ਅਸੀਂ ਦਿੱਲੀ ਤੋਂ ਮੈਂ ਲੈ ਕੇ ਆਉਣਾ, ਅਸੀਂ ਦਿੱਲੀ ਵਾਲੀ ਜਿਹੜੀ ਚੈਨ ਉਹ ਵੀ ਬ੍ਰੇਕ ਕਰਾਂਗੇ। ਪੰਜਾਬ ਦੇ ਵਿੱਚ ਅਜੇ ਤਾਂ ਮੁੱਢਲੀ ਤਫਤੀਸ਼ ਆ ਜੀ। ਇਹਦੇ ਵਿੱਚ ਤਾਂ ਅਜੇ ਇਹਦੇ ਇੰਨਾ ਹੀ ਦੱਸਿਆ ਵੀ ਲੁਧਿਆਣੇ ਕਿਸੇ ਨੂੰ ਮਿਲਣਾ ਸੀਗਾ, ਅੱਗੇ ਅੱਜ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ, ਫਿਰ ਪਤਾ ਕਰਾਂਗੇ ਵੀ ਇਹਨੇ ਅੱਗੇ ਕਿਹਨੂੰ ਕਿਹਨੂੰ ਸਪਲਾਈ ਕਰਨੀ ਸੀ, ਐਕਚੁਅਲੀ ਇਹ ਕਿਹਦੇ ਤੋਂ ਲੈ ਕੇ ਆਇਆ। ਕਿੰਨੇ ਪੜ੍ਹੇ ਲਿਖੇ ਬੰਦੇ? ਇਹ ਕੋਈ ਖਾਸ ਜ਼ਿਆਦਾ ਪੜ੍ਹਿਆ ਲਿਖਿਆ ਇਹਨਾਂ ਦੇ ਵਿੱਚ ਕੋਈ ਵੀ ਨਹੀਂ, ਨੋਰਮਲ ਪੜ੍ਹਾਈਆਂ ਕੀਤੀਆਂ ਵੀ ਨੇ। ਅੱਛਾ, ਹੋਰ ਕੀ ਵੱਡਾ ਖੁਲਾਸਾ ਹੋ ਸਕਦਾ? ਰਿਮਾਂਡ ਤੋਂ, ਰਿਮਾਂਡ ਤੇ ਤੁਸੀਂ ਲਿਆ ਔਰ ਬਾਰਡਰ ਏਰੀਏ ਤੋਂ ਹੀਰੋਇਨ ਆਉਂਦੀ ਹੈ, ਕਿਉਂਕਿ ਐਸਟੀਐਫ ਕਿੰਨੀ ਬਰੀਕੀ ਨਾਲ ਕਰ ਰਿਹਾ ਜਾਂਚ? ਸਾਡੇ ਜਿਹੜੇ ਆਪਣੇ ਸਰਦਾਰ ਹਰਪ੍ਰੀਤ ਸਿੰਘ ਸਿੱਧੂ ADGP ਚੀਫ ਐਸਟੀਐਫ ਪੰਜਾਬ ਨੇ, ਉਹ ਸਾਨੂੰ ਜੋ ਸਾਨੂੰ ਹਦਾਇਤਾਂ ਦਿੰਦੇ ਨੇ ਬਹੁਤ ਹੀ ਵਧੀਆ ਗਾਈਡ ਕਰਦੇ ਨੇ, ਅਤੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਅੱਗੇ ਤੋਂ ਅੱਗੇ ਵੱਧਦੇ ਜਾਂਦੇ ਹਾਂ। ਅਤੇ ਚੈਨਾਂ ਕਾਫੀ ਚੈਨ ਬ੍ਰੇਕ ਕਰ ਚੁੱਕੇ ਹਾਂ, ਅਤੇ ਅੱਗੇ ਵੀ ਸਾਨੂੰ ਸੁਭਾਵਨਾ ਵੀ ਅਸੀਂ ਦਿੱਲੀ ਵਾਲੀ ਵੀ ਚੈਨ ਬ੍ਰੇਕ ਕਰਾਂਗੇ।